आरटी न्यूज़ चैनल दे तुहाडा स्वागत। डेरा नानक नगर काउंसिल दे मुलाजमां ते सफाई कर्मचारियों की हड़ताल अज 6वें दिन दे विच दाखल हो गई है, पर फिर भी कोई हल सामने नहीं आ रहा। ते शहर अंदर गंदगी दे ढेर वधदे जा रहे ने ते होर वड्डे भी हुंदे जा रहे ने। इस दे नाल ही नगर काउंसिल दे कर्मचारियों ते सफाई कर्मियों दे भावें स्थानिक समाज सेवक ते लोक साथ दे रहे ने, पर प्रशासन इन्हां दी सार नहीं लै रहा। 6 महीने तो तनखा ना मिलन ते प्रशासन दी बेरुखी कारण कर्मियों दे विच रोस वधदा जा रहा है। अज सतराम सिंह अरुवाल जो कि आम आदमी पार्टी दे उगे आगू ने, ਉਹ ਵੀ ਸਫਾਈ ਸੇਵਕਾਂ ਦੇ ਧਰਨੇ ਦੇ ਵਿੱਚ ਪਹੁੰਚੇ ਤੇ ਇਹਨਾਂ ਦੀਆਂ ਮੁਸ਼ਕਲਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦਾ ਸਫਾਈ ਕਰਮਚਾਰੀਆਂ ਨੂੰ ਭਰੋਸਾ ਵੀ ਦਿਵਾਇਆ। ਇਸ ਭਰੋਸੇ ਕਾਰਨ ਕਰਮੀਆਂ ਦੇ ਚਿਹਰੇ ਤੇ ਥੋੜੀ ਬਹੁਤ ਖੁਸ਼ੀ ਦੇਖਣ ਨੂੰ ਮਿਲੀ ਤੇ ਸਫਾਈ ਕਰਮਚਾਰੀਆਂ ਨੇ ਵੀ ਕਿਹਾ ਕਿ ਹੁਣ ਸਾਨੂੰ ਭਰੋਸਾ ਹੈ ਕਿ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਤੇ ਉਹਨਾਂ ਨੇ ਨਾਲ ਹੀ ਸਤਰਾਮ ਸਿੰਘ ਹਰੂਵਾਲ ਦਾ ਧੰਨਵਾਦ ਵੀ ਕੀਤਾ। ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਸਤਿ ਸ਼੍ਰੀ ਅਕਾਲ ਜੀ। ਅੱਜ ਡੇਰਾ ਬਾਬਾ ਨਾਨਕ ਦੇ ਜੋ ਸਫਾਈ ਕਰਮਚਾਰੀ ਹਨ, ਸੀਵਰੇਜ ਬੋਰਡ ਅਤੇ ਕਲੈਰੀਕਲ ਸਟਾਫ ਦੀ 6ਵੇਂ ਦਿਨ 'ਚ ਹੜਤਾਲ ਦਾਖਲ ਹੋਈ ਹੈ ਅਤੇ ਅੱਜ ਆਪ ਪਾਰਟੀ ਦੇ ਜਿਹੜੇ ਸਤਨਾਮ ਸਿੰਘ ਜੀ ਹਰੂਵਾਲ ਵਾਲੇ ਹਨ ਸਾਡੇ ਮੈਚ ਆਏ ਹਨ ਅਤੇ ਸਾਡੇ ਕੋਲ ਮੰਗ ਪੱਤਰ ਲੈ ਕੇ ਗਏ ਹਨ ਅਤੇ ਉਹਨਾਂ ਨੇ ਕਿਹਾ ਇਹ ਕੁਝ ਦਿਨਾਂ ਦੇ ਵਿੱਚ ਹੀ ਜੋ ਸਾਡੇ ਮਸਲੇ ਨੇ ਹੱਲ ਹੋਣਗੇ। ਸੰਬੰਧਿਤ ਮਹਿਕਮੇ ਨਾਲ ਜੋ ਲੋਕਲ ਬਾਡੀ ਦੇ ਮੰਤਰੀ ਹਨ ਡਾਕਟਰ ਨਿੱਜਰ ਸਾਹਿਬ ਜੀ ਉਹਨਾਂ ਨਾਲ ਗੱਲ ਕਰਨਗੇ ਅਤੇ ਤਨਖਾਹਾਂ ਦੇ ਮਸਲੇ ਦਾ ਪੂਰਨ ਤੌਰ 'ਤੇ ਹੱਲ ਹੋਵੇਗਾ, ਇਹ ਸਾਨੂੰ ਯਕੀਨ ਦਿਵਾ ਕੇ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਤੋਂ ਸਫਾਈ ਕਰਮਚਾਰੀ ਸੀਵਰੇ ਮੈਨ ਅਤੇ ਆਪਣੇ ਕਲੈਰੀਕਲ ਸਟਾਫ ਸਾਰੇ ਹੜਤਾਲ 'ਤੇ ਅਨੁਵਾਦਿਤ, 6ਵਾਂ ਦਿਨ ਹੋ ਗਿਆ ਬੈਠਿਆਂ ਨੂੰ ਹੜਤਾਲ 'ਤੇ। ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਮਤਲਬ ਵੀ ਕਰਮਚਾਰੀ ਸਾਡੇ ਦੀ ਕਿਸੇ ਨੇ ਬਾਤ ਪੁੱਛੀ, ਲੋਕਲ ਸਾਡੇ ਕੋਲ ਸ਼ਹਿਰਦਾਰ ਸਾਡੇ ਵਾਸਤੇ ਉਤਰੇ ਬਹੁਤ ਮਤ ਉਹਨਾਂ ਨੇ ਕਰਨ ਡੇ, ਸਾਡੇ ਨਾਲ ਖੜੇ ਨੇ ਸਾਡੇ ਜੋ ਵੀ ਜੇ ਅਸੀਂ ਪ੍ਰਸ਼ਾਸਨ ਨੂੰ ਵੀ ਕਰ ਧਿਆਨ 'ਚ ਲਿਆ ਕੇ ਲਿਆਉਣਾ ਚਾਹੁੰਦੇ ਹਾਂ ਵੀ ਸਾਡੀ ਆ ਕੇ ਸਾਰ ਲਓ, ਵੇਖੋ ਸਾਨੂੰ ਆ ਕੇ ਕਿੱਦਾਂ ਮਤਲਬ ਵੀ ਸਾਡਾ। ਅੱਜ ਸਤਨਾਮ ਸਿੰਘ ਭਾਈ ਆਏ ਚੇਅਰਮੈਨ ਸਾਹਿਬ ਜੀ, ਉਹਨਾਂ ਨੇ ਸਾਨੂੰ ਇਨਫਾਸ਼ਨ ਦਵਾਇਆ ਵੀ ਤੁਹਾਡੇ ਜਿਹੜੀ ਜੋ ਵੀ ਡਿਮਾਂਡ ਆ ਤੁਹਾਡੇ ਆਪਣੇ ਨਿੱਜਰ ਸਾਹਿਬ ਕੋਲ ਭੇਜੀ ਗਈ ਆ, ਭੇਜਣੇ ਉਹਨਾਂ ਨਾਲ ਗੱਲ ਵੀ ਸਾਡੀ ਹੋਈ ਆ ਤੁਹਾਡੀ, ਵੇਖੋ ਉਹਨਾਂ ਵਾਸਤੇ ਅੱਗੋਂ ਕੀ ਕਰਦੇ ਜੀ ਕਾਗਜ਼ ਕਰਦੇ। ਅਤੇ ਸਫਾਈ ਕਰਮਚਾਰੀਆਂ ਦੇ ਹੋਰ ਸੰਬੰਧਿਤ ਕਮੇਟੀ ਘਰ ਦੇ ਵਿੱਚ ਜਿਹੜੇ ਸੀ ਨਾ ਮੁਲਾਜ਼ਮ, ਇਹਨਾਂ ਦੀਆਂ ਤਨਖਾਹਾਂ ਪੈਂਡਿੰਗ ਨੇ, ਕੁਛ 5 ਮਹੀਨਿਆਂ ਤੋਂ ਨੇ, ਕੁਛ 4 ਮਹੀਨਿਆਂ ਤੋਂ ਨੇ, ਕੁਝ 10 ਮਹੀਨੇ 12 ਮਹੀਨਿਆਂ ਤੋਂ ਨੇ। ਕਾਫੀ ਸਮੇਂ ਤੋਂ ਇਹ ਸਮੱਸਿਆਵਾਂ ਇਹਨਾਂ ਦੀ ਲਟਕਦੀ ਸਮੱਸਿਆ ਆ, ਉਹ ਸੰਬੰਧਿਤ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ ਅਤੇ ਉਹ ਇਹਨਾਂ ਦੀ ਸਮੱਸਿਆ ਜਿਹੜੀ ਆ ਉਹਨੂੰ ਹੱਲ ਕਰਨ ਲਈ ਮੈਂ ਇੱਥੇ ਆਇਆ, ਇਹਨਾਂ ਕੋਲ ਮੰਗ ਪੱਤਰ ਲਿਆ ਆ ਔਰ ਇਹ ਸਮੱਸਿਆ ਬਹੁਤ ਛੇਤੀ ਇਹਨਾਂ ਦੀ ਜਿਹੜੀ ਹੈ ਤਨਖਾਹ ਦੀ ਸਮੱਸਿਆ ਜਿਹੜੀ ਪੈਂਡਿੰਗ ਹੈ ਸਾਰੀ ਹੱਲ ਹੋਏਗੀ ਔਰ ਇਹਦਾ ਪ੍ਰੋਪਰ ਹੱਲ ਹੋਏਗਾ, ਜਿਹੜਾ ਵਾਰ ਵਾਰ ਇਹਨਾਂ ਨੂੰ ਦੁਬਾਰਾ ਦਿੱਕਤ ਨਾ ਆਵੇ ਔਰ ਇਸ ਵਾਰ ਤੋਂ ਬਾਅਦ ਇਹਨਾਂ ਨੂੰ ਤਨਖਾਹ ਲਈ ਨਾ ਸ਼ਿਕਾਇਤ ਕਰਨਾ। ਕੁਛ ਇੱਕ ਤਾਂ ਆਮਦਨ ਦਾ ਸਾਧਨ ਹੈ ਨਹੀਂ ਗਾ ਕਮੇਟੀ ਦਾ, ਆਮਦਨ ਦਾ ਸਾਧਨ ਬਹੁਤ ਘੱਟ ਆ, ਕੁਛ ਹੋਰ ਜੋ ਵੀ ਆ ਇਹ ਸਾਰਾ ਇਹਦਾ ਪ੍ਰੋਪਰ ਤਰੀਕੇ ਦੇ ਨਾਲ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆ ਕੇ ਇਹਨੂੰ ਪੱਕੇ ਤਰੀਕੇ ਦੇ ਨਾਲ ਇਹਦਾ ਹੱਲ ਕੀਤਾ ਜਾਏ।